ਸੋ ਆਹ ਤਿੰਨ ਰੀਜ਼ਨਸ ਕਰਕੇ ਤੁਹਾਡੇ ਜਿਹੜੇ ਮੋਢੇ ਆ ਉਹ ਗਰੋ ਨਹੀਂ ਹੋਣ ਡੇ, ਵੱਡੇ ਨਹੀਂ ਹੋਣ ਡੇ, ਜਾਂ ਉਹਨਾਂ 'ਤੇ ਮਸਲ ਮੈਸ ਨਹੀਂ ਪੈਣ ਡਿਆ। ਸਭ ਤੋਂ ਪਹਿਲਾਂ ਕਿ ਤੁਸੀਂ ਈਗੋ ਲਿਫਟਿੰਗ ਕਰਦੇ ਜੇ, ਲੈਟਰਲ ਡੈਲਟ ਸਟ੍ਰੇਨ ਕਰਦੇ ਜੋ ਡੰਬਲਸ ਦੇ ਨਾਲ। ਜੇ ਤੁਸੀਂ ਉਦੋਂ 20 ਕਿਲੋ, 25 ਕਿਲੋ, 30 ਕਿਲੋ ਦੇ ਡੰਬਲ ਯੂਜ਼ ਕਰਨ ਡੇ ਜੇ, ਨਾਲ ਬੋਡੀ ਦੀ ਮੋਮੈਂਟਮ ਯੂਜ਼ ਕਰਨ ਡੇ ਜੇ, ਸਾਰਾ ਫੋਕਸ ਆ ਤੁਹਾਡੇ ਸਾਈਡ ਡੈਲਟਸ ਤੋਂ ਹਟ ਕੇ ਓਵਰਆਲ ਬੋਡੀ 'ਤੇ ਪੈਣ ਡਿਆ ਵਾ। ਤੁਹਾਡੀ ਬੋਡੀ ਆ ਜਿਹੜੀ ਉਹ ਅਸਿਸਟ ਕਰਨ ਡੀ ਆ ਭਾਰ ਥਾਂ ਥਾਂ ਖੜਨ ਲਈ, ਪਰ ਆਪਣਾ ਫੋਕਸ ਹੋਣਾ ਚਾਹੀਦਾ ਕਿ ਆਪਾਂ ਉਹ ਭਾਰ ਚੁੱਕੀਏ ਜਿਹਨੂੰ ਆਪਾਂ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕੀਏ, ਤਾਂ ਜਾਣ ਲੱਗਿਆਂ ਅਤੇ ਠਾਂ ਆਉਣ ਲੱਗਿਆਂ। ਦੂਜੀ ਚੀਜ਼ ਆ ਕਿ ਤੁਸੀਂ ਆਪਣੇ ਰੇਅਰ ਡੈਲਟਸ ਆ ਜਿਹੜੇ ਉਹ ਟ੍ਰੇਨ ਨਹੀਂ ਕਰਦੇ। ਆਪਾਂ ਸ਼ੋਲਡਰਸ ਦੇ 3 ਹਿੱਸੇ ਹੁੰਦੇ ਆ, ਫਰੰਟ ਸਾਈਡ ਅਤੇ ਰੇਅਰ ਡੈਲਟਸ। ਜੇ ਆਪਾਂ ਦੋਵਾਂ ਨੂੰ ਟ੍ਰੇਨ ਕਰਦੇ ਹਾਂ, ਫਰੰਟ ਅਤੇ ਸਾਈਡ ਡੈਲਟਸ ਨੂੰ, ਰੇਅਰ ਡੈਲਟਸ ਨੂੰ ਇਗਨੋਰ ਕਰਦੇ ਹਾਂ, ਜ਼ਾਹਿਰ ਜੀ ਗੱਲ ਆ ਕਿ ਤੁਹਾਡੀ ਜਿਹੜੀ ਗਰੋਥ ਆ ਉਹ ਪ੍ਰੋਪਰ ਨਹੀਂ ਹੋਣੀ ਸ਼ੋਲਡਰਸ ਦੀ। ਤੀਜੀ ਚੀਜ਼ ਆ ਤੁਹਾਡੀ ਬੋਡੀ ਫੈਟ। ਇਹ ਚੀਜ਼ ਹਰ ਇੱਕ ਮਸਲ ਗਰੁੱਪ 'ਤੇ ਅਪਲਾਈ ਹੁੰਦੀ ਆ ਕਿ ਹਰ ਇੱਕ ਮਸਲ ਗਰੁੱਪ, ਹਰ ਇੱਕ ਮਸਲ ਉਦੋਂ ਹੀ ਲੀਨ ਲੱਗਦਾ ਵਾ ਜਦੋਂ ਆਪਣੀ ਬੋਡੀ ਫੈਟ ਲੋ ਵਾ, ਜ਼ਾਹਿਰ ਜੀ ਗੱਲ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ 'ਤੇ ਮਸਲ ਮੈਸ ਹੈਗਾ ਵਾ ਪਰ ਸ਼ੇਪ 'ਚ ਨਹੀਂ ਹੈਗੀ ਤੁਹਾਡੀ ਬੋਡੀ, ਜਾਂ ਤੁਹਾਡੇ ਮੋਢੇ ਜਿਹੜੇ ਸ਼ੇਪ 'ਚ ਨਹੀਂ ਹੈਗੇ, ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਤੁਹਾਡੇ 'ਤੇ ਬੋਡੀ ਫੈਟ ਕਾਫੀ ਜ਼ਿਆਦਾ ਵਾ ਅਤੇ ਤੁਹਾਨੂੰ ਇੱਕ ਵਾਰੀ ਬੋਡੀ ਫੈਟ ਡਰੋਪ ਕਰਨ ਦੀ ਲੋੜ ਆ।